ਮੈਂ ਪਿੰਡ ਗਿਆ ਜੀ ਐਤਕੀ, ਅਤੇ ਸੱਥ 'ਚ ਮੈਂ ਬਹਿ ਜਾਂਦਾ ਹੁੰਦਾ, ਹੁਣ ਬਜ਼ੁਰਗ ਹੀ ਰਹਿ ਗਏ, ਬਾਕੀ ਸਾਰੇ ਤੁਰ ਗਏ ਥੋੜ੍ਹੇ ਜਿਹੇ ਨੇ, ਅਤੇ ਉਹ ਵੀ ਵੱਖਰਾ ਹੀ ਸਵਾਦ ਹੁੰਦਾ ਪਿੰਡ ਜੀ ਸੱਥ 'ਚ ਬਹਿਣ ਦਾ। ਉੱਥੇ ਇੱਕ ਸੱਜਣ ਸਾਡੇ ਆਪਣੇ ਕਹਿ ਰਹੇ ਸਨ, ਗੱਲਾਂ ਚੱਲਦੀਆਂ, ਕਹਿਣ ਲੱਗੇ ਇੱਕ ਦਿਨ ਕਿਸੇ ਨੇ ਕਿਹਾ ਬਾਹਰ ਮਾਲ ਚਾਰ ਲਿਆ, ਮਾਲ ਚਾਰਦੇ ਡੰਗਰ ਚਾਰਦੇ ਸਾ, ਹੁਣ ਤਾਂ ਡੰਗਰ ਵੀ ਚਾਰਗਾ ਵੀ ਨਹੀਂ ਰਹੀ, ਉਹ ਕਹਿੰਦਾ ਮਾਲ ਚਾਰ ਰਿਹਾ ਡੰਗਰ ਚਾਰ ਰਿਹਾ, ਉਹ ਜਿਹਦੀ ਪੈਲੀ 'ਚ ਜਾਏ ਨਾ ਖੱਬਲ ਘਾਹ, ਉਹ ਘਾਹ ਸੀ, ਉਹਨਾਂ ਕਹਿਣਾ ਚੱਲ ਸਾਡੀ ਪੈਲੀ 'ਚੋਂ ਬਾਹਰ ਕੱਢ, ਪੰਜ ਸੱਤ ਸਮਾਂ 'ਤੇ ਲੈ ਗਿਆ ਅੱਗੋਂ ਡਾਂਗਾਂ ਲੈ ਕੇ, ਬਈ ਚੱਲ ਸਾਡੀ ਪੈਲੀ 'ਚ ਨਾ ਵਾੜੀ। ਉਹਦਾ ਪਿਓ ਕਹਿੰਦਾ ਕੰਮ ਕਰ ਮੜੀਆਂ 'ਚ ਲੈ ਜਾ, ਮੀਂਹ ਪੈ ਕੇ ਹਟਿਆ ਮੜੀਆਂ 'ਚ ਘਾਹ ਬੜਾ, ਉਹ ਮੱਝਾਂ ਲੈ ਗਿਆ ਮੜੀਆਂ, ਸਾਰਾ ਦਿਨ ਮੱਝਾਂ ਘਾਹ ਖਾ ਚਰਿਆ ਰੱਜ ਕੇ ਆਈਆਂ, ਉਹ ਰਾਤੀ ਪਿੰਡ ਖਲੋ ਕੇ ਅਨਾਊਂਸਮੈਂਟ ਕਹਿੰਦਾ ਤੁਹਾਡੇ ਜਿਉਂਦਿਆਂ ਨਾਲੋਂ ਤਾਂ ਮਰਦ ਹੀ ਚੰਗੇ ਨੇ, ਮਰੇ ਚੰਗੇ ਨੇ ਜਿਨ੍ਹਾਂ ਨੇ ਸਾਨੂੰ ਮੱਝਾਂ ਚਾਰਨ ਤੋਂ ਰੋਕਿਆ ਨਹੀਂ। ਮੈਂ ਕਿਹਾ ਗੱਲ ਤਾਂ ਯਾਰ ਬੜੀ ਸੋਹਣੀ ਕਰ ਗਿਆ ਬੰਦਾ, ਕਹਿੰਦਾ ਤੁਸੀਂ ਜਿਉਂਦੇ ਜੀ ਸਾਨੂੰ ਵੜਨ ਨਹੀਂ ਦਿੱਤਾ, ਮਰਿਆਂ ਨੇ ਰੱਜ ਕੇ ਅਸੀਂ ਮੱਝਾਂ ਰਜਾ ਕੇ ਲਿਆ, ਕੱਲ੍ਹ ਵੀ ਉੱਥੇ ਰਜਾਂਗੇ, ਤੁਹਾਡੇ ਜਿਉਂਦਿਆਂ ਨਾਲੋਂ ਤਾਂ ਮਰਦ ਹੀ ਚੰਗੇ ਨੇ, ਮੁਰਦੇ ਚੰਗੇ ਆ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਸ਼ਮਸ਼ਾਨ ਘਾਟ 'ਚ ਕਦੀ ਕਿਸੇ ਨੇ ਕਿਹਾ ਆਹ ਪਲਾਟ ਮੇਰਾ ਜਾਂ ਤੇਰਾ ਹੈ, ਕਿਹਾ ਕਿਸੇ ਜੀ? ਇੱਕ ਛੱਡ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਖੱਪ ਗਏ, ਅਤੇ ਸੱਚੀ ਮੁੱਚੀ ਜਿਨ੍ਹਾਂ ਦਾ ਮਰਦਾ ਉਹ ਵੀ ਨਹੀਂ ਲਕੀਰਾਂ ਖਿੱਚਦੇ ਸਾਡਾ ਮਰਿਆ, ਉਹ ਕਹਿੰਦੇ ਖਹਿੜਾ ਛਡਾਓ ਫੁੱਲ ਲੈ ਕੇ ਨਿਕਲੋ, ਇੱਥੋਂ ਸਾਨੂੰ ਡਰ ਲੱਗਦਾ ਪਿਆ। ਇਹਦਾ ਮਤਲਬ ਇੱਕ ਮਰਲਾ ਥਾਂ ਵੀ ਨਹੀਂ ਹੁੰਦੀ ਜੀ, ਉਸ ਥਾਂ 'ਚ ਸਾਰੇ ਸਮਾ ਗਏ। ਮੈਂ ਆਪ ਨੂੰ ਬੇਨਤੀ ਕਰਾਂਗਾ, ਮੈਂ ਵਿਸ਼ੇ ਤੋਂ ਦੂਰ ਨਹੀਂ ਜਾਣਾ, ਕਿ ਕਬਰ ਜਿੱਦਣ ਆਪਣੇ ਪਰਿਵਾਰ ਦੇ ਵੀ ਨਾ ਰੱਖਣ, ਉੱਦਣ ਕਬਰ ਇੰਤਜ਼ਾਰ ਕਰਦੀ ਤੂੰ ਮੇਰੇ ਕੋਲ ਆਈ, ਗੁਰੂ ਕਬਰ ਦੀ ਤਰ੍ਹਾਂ ਹੈ, ਜਿਉਂਦੇ ਤੇਰੇ ਕੋਲ ਮਹਿਲ ਨੇ ਮਾੜੀਆਂ ਨੇ, ਜਿੱਦਣ ਤੇਰੇ ਕੋਲ ਸੁੱਖ ਚਲਾ ਗਿਆ ਦੁੱਖ ਆ ਗਿਆ। ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਸਿੱਖਾ ਐ ਮਨੁੱਖਾ ਜਿੱਦਣ ਤੇਰਾ ਕੋਈ ਵੀ ਨਾ ਬਚੇ, ਮੇਰਾ ਬੂਹਾ ਖੁੱਲ੍ਹਾ ਹੋਵੇਗਾ, ਜਿੱਦਣ ਤੂੰ ਨਿਥਾਵਾਂ ਹੋ ਜਾਏਗਾ ਮੇਰੇ ਕੋਲ ਆ ਜੀ, ਮੈਂ ਕਬਰ ਦੀ ਤਵਾਂ ਤੈਨੂੰ ਥਾਂ ਦਿਆਂਗਾ। ਕਬਰ ਨਿਥਾਵਿਆਂ ਨੂੰ ਥਾਂ ਦਿੰਦੀ ਹੈ, ਸੁਣਿਓ ਗੁਰਮੁਖੋ, ਕਬਰ ਨਿਥਾਵੇ ਨੂੰ ਥਾਂ ਦਿੰਦੀ ਹੈ। ਮੇਰਾ ਸਤਿਗੁਰੂ ਵੀ ਜਿਹਨੂੰ ਕੋਈ ਨਾ, ਇੱਥੋਂ ਤੱਕ ਹੋਏ ਗੁਰਮੁਖੋ, ਇਹ ਐਵੇਂ ਨਹੀਂ ਕਿਹਾ ਜਾਂਦਾ, ਭਾਈ ਸਾਹਿਬ ਨੇ ਕਹਿ ਰਹੇ ਸਵਰਨ ਸਿੰਘ, ਅੰਮ੍ਰਿਤ ਛਕੋ, ਇਹ ਅੰਮ੍ਰਿਤ ਦੇ ਕੋਈ ਅਰਥ ਨੇ, ਇਹ ਅੰਮ੍ਰਿਤ ਦਾ ਸੰਬੰਧ ਕੇਵਲ ਇਸ ਸਕਿਨ ਨਾਲ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਉੱਥੇ ਜਾਣਾ ਜਿੱਥੇ ਸਾਡੀ ਆਤਮਾ ਨੇ ਜਾਣਾ ਹੈ, ਇਹ ਉਹ ਸੱਜਣ ਦਾ ਅੰਮ੍ਰਿਤ ਹੈ ਜਿਹੜਾ ਲੋਕ ਪਰਲੋਕ ਵੀ ਜਾਂਦਾ ਹੈ। ਇੱਕ ਹੋਰ ਬੇਨਤੀ, ਮੈਂ ਗੁਰੂ ਸਾਹਿਬ 'ਚ ਸਾਰੀਆਂ ਬਚਨ ਆਪਾਂ ਲੈ ਰਹੇ ਹਾਂ, ਗੁਰਮੁਖੋ ਮੰਨ ਲਓ ਜਿਸ ਬੰਦੇ ਨੂੰ ਪਰਿਵਾਰ ਨਾ ਰੱਖੇ, ਉਹ ਕਹਿੰਦਾ ਚਲੋ ਜੇ ਪਰਿਵਾਰ ਨਹੀਂ ਰੱਖਦਾ ਤਾਂ ਨਿਰੰਕਾਰ ਮੇਰਾ ਰੱਬ ਤਾਂ ਹੈ ਨਾ, ਮੈਂ ਪਰਮਾਤਮਾ ਵਾਲੇ ਪਾਸੇ ਜਾਵਾਂਗਾ, ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਜਿਹਨੂੰ ਰੱਬ ਵੀ ਕਹਿ ਚੱਲ ਬਾਹਰ, ਤੇਰੇ ਵਰਗੇ ਬੰਦੇ ਨੂੰ ਮੇਰੇ ਘਰ ਕੋਈ ਥਾਂ ਨਹੀਂ, ਉਹ ਕਿੱਥੇ ਜਾਏ? ਫਿਰ ਅਰਜ਼ ਹੈ ਜਿਹਨੂੰ ਪਰਿਵਾਰ ਰਿਸ਼ਤੇਦਾਰ ਕਹਿਣ ਚਲਾ ਜਾ ਸਾਡੇ ਘਰ 'ਚ ਨਾ ਵੜੀ, ਉਹ ਕਹਿ ਚੱਲ ਮੈਂ ਨਿਰੰਕਾਰ ਕੋਲ ਜਾਂਦਾ ਪਰਮਾਤਮਾ ਕੋਲ, ਅਤੇ ਜਿਹਨੂੰ ਪਰਮਾਤਮਾ ਕਹਿ ਦੇ ਖੋਟਿਆ ਇੰਨੇ ਭੈੜੇ ਕੰਮ ਤੂੰ ਕੀਤੇ, ਤੇਰੇ ਵਰਗੇ ਮੰਦ ਕਰਮੀ ਨੂੰ ਮੇਰੇ ਘਰ 'ਚ ਕੋਈ ਥਾਂ ਨਹੀਂ, ਉਹ ਕਿੱਥੇ ਜਾਏ? ਸੰਸਾਰ ਵੀ ਚਲਾ ਗਿਆ, ਨਿਰੰਕਾਰ ਵੀ ਚਲਾ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਭੱਜ ਕੇ ਗੁਰੂ ਨਾਨਕ ਦੇ ਚਰਨ ਪਕੜ ਲੈ, ਜਿਹਨੂੰ ਰੱਬ ਵੀ ਧੱਕ ਦੇਵੇ ਗੁਰੂ ਨਾਨਕ ਉਹਨੂੰ ਸ਼ੁੱਧ ਕਰਕੇ ਰੱਬ ਦੇ ਘਰ ਵਿੱਚ ਪਹੁੰਚਾ ਦਿੰਦਾ ਹੈ, ਜਿਹਨੂੰ ਕੋਈ ਵੀ ਨਾ ਰੱਖੇ।